ਪਰ ਮੈਂ ਕਦੇ ਇਹ ਇਹਦੇ ਚ ਲਈ ਇੰਟਰਸਟਿਡ ਨਹੀਂ ਸੀ ਤੇ ਨਾ ਹੀ ਮੈਂ ਕਦੇ ਇਹ ਮੰਗ ਕਰੀਆ ਤੇ ਨਾ ਹੀ ਤੁਸੀਂ ਨੇ ਮੈਨੂੰ ਕਦੇ ਬਰਨਾਲੇ ਚ ਐਜ਼ ਅ ਵਿਧਾਨ ਸਭਾ ਬੇਚਰਤੇ ਦੇਖਿਆ ਗਿਆ ਹੋਣਾ ਮੇਰੇ ਸਮਰਥਕਾਂ ਨੂੰ ਮੈਨੂੰ ਪਿਆਰ ਕਰਨ ਵਾਲਿਆਂ ਨੂੰ ਜਿਹੜਾ ਮੇਰਾ ਉਹ ਡਿਸੀਜਨ ਸੀ ਉਹ ਸਹੀ ਨਹੀਂ ਲੱਗਿਆ ਸੋ ਉਹਦੇ ਕਰਕੇ ਮੈਂ ਉਹ ਚੀਜ਼ ਤੋਂ ਨਿਕਲ ਹੀ ਨਹੀਂ ਸਕਿਆ ਇੱਕ ਬਿਆਨ ਖੈਰਾ ਸਾਹਿਬ ਦਾ ਵੀ ਸੁਣਿਆ ਹੋਣਾ ਕੀ ਸੰਗਰੂਰ ਆ ਕੇ ਜਿਹੜੀ ਉਹਨਾਂ ਨੂੰ ਨਹੀਂ ਹੋਣਾ ਚਾਹੀਦਾ ਸੀ ਇੱਥੇ ਜਾ ਉਹਨਾਂ ਤੋਂ ਗਲਤੀ ਹੋਈ ਹੈ ਸਾਰਾ ਰਿਕਾਰਡ ਵੀ ਹੈਗਾ ਸੋ ਮੈਨੂੰ ਲੱਗਦਾ ਕਿ ਜੇ ਕਿਤੇ ਉਹ ਗਲਤੀ ਨਾ ਹੁੰਦੀ ਪਰ ਮੈਂ ਉਹਨਾਂ ਨੂੰ ਕੋਈ ਬਲੇਮ ਨਹੀਂ ਕਰਦਾ ਉਹ ਸਤਕਾਰਯੋਗ ਨੇ ਵੱਡੇ ਨੇ ਸੋ ਜੇ ਉਹਨਾਂ ਤੋਂ ਉਹ ਚੀਜ਼ ਨਾ ਹੁੰਦੀ ਤਾਂ ਸ਼ਾਇਦ ਮੈਂ ਵੀ ਮੇਰੇ ਤੋਂ ਵੀ ਇਹ ਚੀਜ਼ ਨਹੀਂ ਹੋਣੀ ਸੀ ਜਿਹੜਾ ਮੇਰਾ ਡਿਸੀਜਨ ਸੀਗਾ ਪਰਸਨਲੀ ਜਾਤੀ ਤੌਰ ਤੇ ਮੇਰੇ ਵੱਲੋਂ ਮੈਨੂੰ ਲੱਗਦਾ ਸੀ ਕਿ ਉਹ ਠੀਕ ਨਹੀਂ ਪਿਆ ਗਿਆ ਜਿਸ ਨਾਲ ਮੇਰੀ ਇਮੇਜ ਡੈਂਟ ਹੋਈ ਆਪਣੇ ਸਰੀਰ ਤੋਂ ਕੋਈ ਅੰਗ ਟੁੱਟ ਗਿਆ ਨਾ ਇਸੇ ਤਰੀਕੇ ਜੇ ਕੋਈ ਪਾਰਟੀ ਤੋਂ ਕੋਈ ਬੰਦਾ ਟੁੱਟਦਾ ਤਾਂ ਮੈਨੂੰ ਲੱਗਦਾ ਇੰਨਾ ਨੁਕਸਾਨ ਹੁੰਦਾ ਪੰਜਾਬ ਵਿੱਚ ਚਾਰ ਜਗ੍ਹਾ ਤੇ ਬਾਈ ਇਲੈਕਸ਼ਨ ਹੋਣੀਆਂ ਨੇ ਬਰਨਾਲੇ ਦੀ ਗੱਲ ਕੀਤੀ ਜਾਵੇ ਤਾਂ ਬਰਨਾਲੇ ਦੀ ਬਹੁਤ ਚਰਚਾ ਸੀ ਕਿ ਤੂਰੀ ਤੋਂ ਜੋ ਸਾਬਕਾ ਵਿਧਾਇਕ ਨੇ ਦਲਵੀਰ ਗੋਲਡੀ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਕਿਉਂਕਿ 2 2024 ਦੇ ਜੋ ਲੋਕ ਸਭਾ ਇਲੈਕਸ਼ਨ ਵੇਲੇ ਦਲਵੀਰ ਗੋਲਡੀ ਵੱਲੋਂ ਕਾਂਗਰਸ ਪਾਰਟੀ ਛੱਡ ਆਮ ਆਦਮੀ ਪਾਰਟੀ ਜੁਆਇਨ ਕੀਤੀ ਗਈ ਸੀ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਸੀ ਕਿ ਦਲਬੀਰ ਗੋਲਡੀ ਨਾਲ ਆਮ ਆਦਮੀ ਪਾਰਟੀ ਵੱਲੋਂ ਕਮਿਟਮੈਂਟ ਕੀਤੀ ਗਈ ਹੈ ਕਿ ਤੁਹਾਨੂੰ ਜੋ ਬਰਨਾਲੇ ਦੇ ਇਲੈਕਸ਼ਨ ਆ ਉਹ ਲੜਾਈ ਜਾਏਗੀ ਪਰ ਟਿਕਟਕਿਚ ਹੋਰ ਨੂੰ ਮਿਲੀ ਸਾਡੇ ਨਾਲ ਦਲਬੀਰ ਗੋਲਡੀ ਨੇ ਇਹਨਾਂ ਨਾਲ ਗੱਲ ਕਰਦੇ ਆ ਗੋਲਡੀ ਜੀ ਕਿਸ ਤਰ੍ਹਾਂ ਦੇਖਦੇ ਹੋ ਬੜੀ ਚਰਚਾ ਸੀ ਸਿਆਸੀ ਗਲਿਆਰਿਆਂ ਦੇ ਵਿੱਚ ਕਿ ਦਲਬੀਰ ਗੋਲਡੀ ਨੂੰ ਧੂਰੀ ਤੋਂ ਆਮ ਆਦਮੀ ਪਾਰਟੀ ਬਾਈ ਇਲੈਕਸ਼ਨ ਲਈ ਉਤਾਰ ਸਕਦੀ ਹੈ ਪਰ ਟਿਕਟਕਿਚ ਹੋਰ ਨੂੰ ਮਿਲੀ ਹਾਂ ਦੇਖੋ ਤੁਸੀਂ ਧੂਰੀ ਚ ਕੰਮ ਕਰ ਰਹੇ ਹੋ ਤੇ ਤੁਹਾਡੇ ਚਰਚੇ ਬਾਹਰ ਵੀ ਨੇ ਤਾਂ ਸਾਡੇ ਭੈਣ ਭਰਾ ਇਸ ਚੀਜ਼ ਦੀ ਉਮੀਦ ਕਰਦੇ ਨੇ ਤਾਂ ਮੈਨੂੰ ਲੱਗਦਾ ਹੈ ਉਹਨਾਂ ਦਾ ਬੜਪ ਪਰ ਮੈਂ ਕਦੇ ਇਹ ਇਹਦੇ ਚ ਲਈ ਇੰਟਰਸਟਿਡ ਨਹੀਂ ਸੀ ਤੇ ਨਾ ਹੀ ਮੈਂ ਕਦੇ ਇਹ ਮੰਗ ਕਰੀਆ ਤੇ ਨਾ ਹੀ ਤੁਸੀਂ ਨੇ ਮੈਨੂੰ ਕਦੇ ਬਰਨਾਲੇ ਚ ਐਜ਼ ਅ ਵਿਧਾਨ ਸਭਾ ਬੇਚਰਤੇ ਦੇਖਿਆ ਗਿਆ ਹੋਣਾ ਸੋ ਪਹਿਲਾਂ ਜ਼ਰੂਰ 2019 ਦੇ ਵਿੱਚ ਅਸੀਂ ਜਦੋਂ ਲੋਕ ਸਭਾ ਦੀ ਤਿਆਰੀ ਕਰ ਰਹੇ ਸੀ ਫਿਰ ਜਦੋਂ 22 ਚ ਮੈਂ ਜਿਮਨੀ ਚੋਣ ਲੋਕ ਸਭਾ ਲੜੀ ਫਿਰ ਜਦੋਂ 24 ਚ ਮੈਂ ਟਿਕਟ ਮੰਗ ਰਿਆ ਸੀ ਉਦੋਂ ਬਿਲਕੁਲ ਅਸੀਂ ਕੋਈ ਵੀ ਕਿਉਂਕਿ ਦੁੱਖ ਸੁੱਖ ਦਾ ਪ੍ਰੋਗਰਾਮ ਅਸੀਂ ਬਰਨਾਲਾ ਜ਼ਿਲ੍ਹੇ ਚ ਹੀ ਪੂਰੇ ਚ ਕਦੇ ਨਹੀਂ ਛੱਡਿਆ ਤੇ ਨਾ ਹੀ ਸੰਗਰੂਰ ਚ ਛੱਡਿਆ ਪਰ ਉਸ ਤੋਂ ਬਾਅਦ ਜਦੋਂ ਇਹ ਡਿਸੀਜਨ ਮੇਰਾ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਮੈਨੂੰ ਤੁਸੀਂ ਕਦੇ ਵੀ ਐਕਟਿਵਲੀ ਬਹੁਤਾ ਪਾਰਟਿਸਪੇਸ਼ਨ ਕਰਦੇ ਨੂੰ ਦੇਖਿਆ ਗਿਆ ਨਹੀਂ ਦੇਖਿਆ ਨਹੀਂ ਗਿਆ ਹੋਣਾ ਸਿਰਫ ਧੂਰੀ ਤੋਂ ਬਿਨਾ ਸੋ ਇਹ ਇੱਕ ਕਿਆਸਰਾਈਆਂ ਸੀਗੀਆਂ ਸੋ ਮੈਂ ਇਹ ਮੇਰੀ ਕੋਈ ਨਾਰਾਜ਼ਗੀ ਨਹੀਂ ਹੈਗੀ ਕਿਸੇ ਨਾਲ ਵੀ ਤੇ ਨਾ ਹੀ ਮੈਂ ਨਾਰਾਜ਼ਗੀ ਤਾਂ ਉੱਥੇ ਹੋਊਗੀ ਨਾ ਜਿੱਥੇ ਤੁਸੀਂ ਨੇ ਕੋਈ ਮੰਗੀ ਹੋਊਗੀ ਕੋਈ ਚੀਜ਼ ਸੋ ਇਹ ਬਿਲਕੁਲ ਹੀ ਕੋਈ ਜਹੀ ਚੀਜ਼ ਨਹੀਂ ਉੱਥੇ ਆ ਦੇਖੋ ਉੱਥੇ ਮੀਤ ਹੇਰ ਸਾਹਿਬ ਕੰਮ ਕਰ ਜਾ ਉਹਦੇ ਨਾਲ ਜਿਹੜਾ ਮੁੰਡਾ ਉਹ ਬਾਠਾ ਗੁਰਦੀਪ ਬਾਠ ਉਹ ਮੰਗ ਰਿਹਾ ਟਿਕਟ ਠੀਕ ਹੈ ਨਾ ਸੋ ਮੇਰੇ ਤੇ ਕਾਂਗਰਸ ਪਾਰਟੀ ਤੋਂ ਉਥੋਂ ਕਾਲਾ ਢਿਲੋਂ ਲਗਾਤਾਰ ਮਿਹਨਤ ਕਰ ਰਿਹਾ ਠੀਕ ਹੈ ਨਾ ਸੋ ਮੇਰਾ ਤਾਂ ਕੋਈ ਉੱਥੇ ਜਾਣ ਦਾ ਵਿਚਾਰ ਹੀ ਨਹੀਂ ਕਿਉਂਕਿ ਮੇਰਾ ਘਰ ਇੱਥੇ ਆ ਪੌਰੀ ਰਹਨੇ ਆ ਤੇ ਮੈਂ ਇਹੀ ਕਲੀਅਰ ਕਰ ਰਿਹਾ ਕਿ ਆਉਣ ਵਾਲਾ ਜਿਹੜਾ ਸਮਾਂ ਮੈਂ ਉਹ 27 ਚ ਧੂਰੀ ਵੀ ਲੜਨਾ ਕੀ ਕਾਰਨ ਕੀ ਰਿਹਾ ਸਿਆਸਤ ਵਿੱਚ ਨਾ ਸਰਗਰਮ ਰਹਿੰਦਾ ਕਿਉਂਕਿ ਤੁਸੀਂ ਕਾਂਗਰਸ ਤੋਂ ਨਰਾਜ਼ ਹੋ ਕੇ ਆਮ ਆਦੀ ਪਾਰਟੀ ਜੁਆਇਨ ਕੀਤੀ ਸੀ ਉਦੋਂ ਸੀ ਕਿ ਦਲਬੀਰ ਗੋਲਦੀ ਪੂਰੇ ਐਕਟਿਵ ਨਜ਼ਰ ਆਣਗੇ ਕੀ ਕਾਰਨ ਰਿਹਾ ਕਿ 6 ਮਹੀਨੇ ਤੁਸੀਂ ਐਕਟਿਵ ਨਹੀਂ ਰਹੇ ਹਾਂ ਇਹਦਾ ਇੱਕੋ ਹੀ ਕਾਰਨ ਆ ਕਿ ਬਾਕੀ ਲੀਡਰ ਚਲੋ ਕੋਈ ਮਾਨਦਾ ਨਹੀਂ ਹੁੰਦਾ ਮੈਂ ਇਹ ਚੀਜ਼ ਨੂੰ ਖੁੱਲ੍ਹ ਕੇ ਮੰਨ ਰਿਹਾ ਕਿ ਮੇਰੇ ਸਮਰਥਕਾਂ ਨੂੰ ਮੈਨੂੰ ਪਿਆਰ ਕਰਨ ਵਾਲਿਆਂ ਨੂੰ ਜਿਹੜਾ ਮੇਰਾ ਉਹ ਡਿਸੀਜਨ ਸੀ ਉਹ ਸਹੀ ਨਹੀਂ ਲੱਗਿਆ ਸੋ ਉਹਦੇ ਕਰਕੇ ਮੈਂ ਉਹ ਚੀਜ਼ ਤੋਂ ਨਿਕਲ ਹੀ ਨਹੀਂ ਸੀ ਸਕਿਆ ਸੋ ਮੈਂ ਕਿਉਂਕਿ ਇਨਸਾਨ ਤੋਂ ਕਈ ਵਾਰ ਬਰਹਿ ਜਾਂਦੀਆਂ ਨੇ ਕਮੀਆਂ ਪੇਸ਼ੀਆਂ ਸੋ ਇਹਦੇ ਚ ਤੁਸੀਂ ਨੇ ਇੱਕ ਬਿਆਨ ਖੈਰਾ ਸਾਹਿਬ ਦਾ ਵੀ ਸੁਣਿਆ ਹੋਣਾ ਕਿ ਸੰਗਰੂਰ ਆ ਕੇ ਜਿਹੜੀ ਉਹਨਾਂ ਨੂੰ ਨਹੀਂ ਹੋਣਾ ਚਾਹੀਦਾ ਸੀ ਇੱਥੇ ਜਾਂ ਉਹਨਾਂ ਤੋਂ ਗਲਤੀ ਹੋਈ ਸਾਰਾ ਰਿਕਾਰਡ ਵੀ ਹੈਗਾ ਸੋ ਮੈਨੂੰ ਲੱਗਦਾ ਕਿ ਜੇ ਕਿਤੇ ਉਹ ਗਲਤੀ ਨਾ ਹੁੰਦੀ ਪਰ ਮੈਂ ਉਹਨਾਂ ਨੂੰ ਕੋਈ ਬਲੇਮ ਨਹੀਂ ਕਰਦਾ ਉਹ ਸਤਕਾਰਯੋਗ ਨੇ ਵੱਡੇ ਨੇ ਸੋ ਜੇ ਉਹਨਾਂ ਤੋਂ ਉਹ ਚੀਜ਼ ਨਾ ਹੁੰਦੀ ਤਾਂ ਸ਼ਾਇਦ ਮੈਂ ਵੀ ਮੇਰੇ ਤੋਂ ਵੀ ਇਹ ਚੀਜ਼ ਨਹੀਂ ਹੋਣੀ ਸੀ ਸੋ ਇਹ ਸਮਾਂ ਹੁੰਦਾ ਤੇ ਤੁਹਾਡੇ ਕੰਟਰੋਲ 'ਚ ਨਹੀਂ ਹੁੰਦੀਆਂ ਕਈ ਗੱਲਾਂ ਸੋ ਸਮਾਂ ਰਹਿੰਦੇ ਤੁਹਾਨੂੰ ਆਪਦੀ ਗੱਲ ਮੰਨਣੀ ਚਾਹੀਦੀ ਆ ਤੋ ਮੈਂ ਉਹ ਚੀਜ਼ ਖੁੱਲੇ ਦਿਲ ਨਾਲ ਮੰਗ ਰਿਹਾ ਤੇ ਮੇਰੇ ਕਾਰਨ ਕਿਸੇ ਨੂੰ ਵੀ ਥੇਸ ਪਹੁੰਚੀ ਉਹਦੇ ਲਈ ਮੈਂ ਮਾਫੀ ਵੀ ਮੰਗਦਾ ਸੋ ਮੇਰਾ ਜਿਹੜੀ ਕਰਮ ਭੂਮੀ ਜਨਮ ਭੂਮੀ ਜਿੱਥੇ ਮੈਂ ਖੇਡਿਆ ਪੜਿਆ ਉਹ ਧੂਰੀ ਵੀ ਆ ਤੇ ਇਹ ਤਾਂ ਜਾਨਕੀ ਹੋਈ ਨਹੀਂ ਸਕਦਾ ਕਿ ਜਿਹੜੀ ਲੋਕ ਸਭਾ ਸੀ ਉਹ ਵੀ ਮੈਂ ਕਦੇ ਵੀ ਮੰਗੀ ਨਹੀਂ ਸੀ 2022 ਦੇ ਵਿੱਚ 24 ਚ ਮੈਂ ਮੰਗਦਾ ਰਹਾ 2022 ਦੇ ਵਿੱਚ ਨਹੀਂ ਸੀ ਮੈਂ ਮੰਗੀ ਹਾਲਾਂਕਿ ਤਿਆਰੀ ਅਸੀਂ 2019 ਤੋਂ ਕਰ ਰਹੇ ਸੀ ਉਹ ਵੀ ਮੇਰੇ ਵਾਈਫ ਲਈ ਕਰ ਰਹੇ ਸੀ ਅਸੀਂ ਕਿਉਂਕਿ ਮੈਂ ਤਾਂ ਉਦੋਂ ਗੁਰੂ ਐਮਐਲਏ ਸੀਗਾ ਸੋ ਉਸ ਤੋਂ ਬਾਅਦ ਵੀ ਪਾਈਚ ਮੈਨੂੰ ਪਾਰਟੀ ਨੇ ਕਿਉਂਕਿ ਉਦੋਂ ਜਿਹੜੇ ਸਾਡੇ ਲੀਡਰ ਸਹਿਬਾਨ ਸੀ ਇਹਨਾਂ ਨੇ ਲੜਨ ਤੋਂ ਮਨਾਂ ਕਰਤਾ ਸੀ ਤੇ ਫਿਰ ਮੇਰੀ ਪਾਰਟੀ ਨੇ ਮੈਨੂੰ ਹੁਕਮ ਕਰਿਆ ਕਿ ਤੂੰ ਲੜ ਤੇ ਫਿਰ ਲੜਨਾ ਵੀ ਚਾਹੀਦਾ ਜਿਹੜੀ ਪਾਰਟੀ ਨਾਲ ਤੁਸੀਂ ਹੋਮੋ ਚਾਹੇ ਰਿਜ਼ਲਟ ਉਹਦਾ ਕੁਝ ਵੀ ਹੋਵੇ ਸੋ ਉਦੋਂ ਵੀ ਬਹੁਤ ਮੈਨੂੰ ਪਿਆਰ ਮਿਲਿਆ ਕਿਉਂਕਿ ਮੇਰਾ ਇਹ ਮੰਨਣਾ ਸੀਗਾ ਕਿਉਂਕਿ ਉਦੋਂ ਸਿੱਧੂ ਮੂਸੇ ਵਾਲਾ ਸਾਹਿਬ ਦੀ ਡੈਥ ਹੋਈ ਸੀ ਤੇ ਮੈਂ ਉਹਨਾਂ ਦੇ ਭੋਗ ਤੋਂ ਬਾਅਦ ਆਪਣੀ ਕੈਂਪੇਨ ਸ਼ੁਰੂ ਕਰਨੀ ਸੀ ਕਿਉਂਕਿ ਮੈਨੂੰ ਟਿਕਟ ਪਹਿਲਾਂ ਮਿਲ ਗਈ ਸੀ ਸੋ ਉਹਨਾਂ ਦੀ ਜਿਹੜੀ ਅੰਤਿਮ ਅਰਦਾਸ ਸੀ ਉਹ 8 ਤਰੀਕ ਨੂੰ ਸੀ ਤੇ ਚੋਣ ਪ੍ਰਚਾਰ ਆਪਦਾ ਸ਼ੁਰੂ ਕਰਿਆ ਤਕਰੀਬਨ 10 ਕ ਦਿਨ ਜਿਹੜੇ ਮੈਨੂੰ ਮੌਕਾ ਮਿਲਿਆ ਸੀਗਾ ਉਦੋਂ ਚੋਣ ਪ੍ਰਚਾਰ ਕਰਨ ਦੇ ਲਈ ਸੋ ਉਹ ਤਾਂ ਉਦੋਂ ਵੀ ਕੋਈ ਯਾਨੀ ਕਿ ਮੇਰਾ ਪਰਸਨਲੀ ਇਹਦੇ ਚ ਮੰਗਣ ਵਾਲੀ ਕੋਈ ਗੱਲ ਨਹੀਂ ਸੀ ਸੋ ਇਹ ਜਿਹੜੀ ਸਾਰੀ ਘਟਨਾ ਕਰਮਾ ਉਹ ਇਹੀ ਆ 6 ਮਹੀਨੇ ਤੋਂ ਕੋਈ ਇਹ ਨਹੀਂ ਵੀ ਮੈਨੂੰ ਕਿਸੇ ਨੇ ਕੋਈ ਯਾਨੀ ਕਿ ਮੇਰੀ ਕਿਸੇ ਨਾਲ ਕੋਈ ਰੰਜਿਸ਼ ਜਾਂ ਲੜਾਈ ਨਹੀਂ ਹੈਗੀ ਇਹ ਤਾਂ ਮੇਰਾ ਆਪਦਾ ਮੰਨਣਾ ਇਹ ਮੇਰੀ ਪਰਸਨਲ ਹੀ ਸੋਚ ਆ ਸੋ ਇਹ ਇਹ ਗੱਲ ਆ ਇਹ ਬਾਤ ਆ ਤੇ ਕਈ ਬੰਦੇ ਜਿਵੇਂ ਕੱਲ ਕਈਆਂ ਨੇ ਇਹ ਵੀ ਕਿਹਾ ਵੀ ਕਾਂਗਰਸ ਦੇ ਮੈਂ ਵਿੱਚ ਜਾ ਰਿਹਾ ਹਜੇ ਕੋਈ ਅਜਿਹੀ ਗੱਲ ਨਹੀਂ ਹੈਗੀ ਬਿਲਕੁਲ ਵੀ ਕੋਈ ਗੱਲ ਨਹੀਂ ਉਹ ਤਾਂ ਪਰਸੋਂ ਜਦੋਂ ਇਹ ਇੱਕ ਮੇਰੇ ਪੱਤਰਕਾਰ ਭਰਾ ਨੇ ਮੈਨੂੰ ਸਵਾਲ ਕਰਿਆ ਤਾਂ ਮੈਂ ਉਹਨਾਂ ਨੂੰ ਇਹ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਤਾਂ ਉਸ ਤੋਂ ਬਾਅਦ ਇਹ ਕੱਲ ਚਰਚਾ ਛਿੜ ਗਈ ਤੇ ਅਸੀਂ ਇੱਥੇ ਪੰਚਾਇਤਾਂ ਨੂੰ ਸਵਾਗਤ ਕਰ ਰਹੇ ਸੀ ਤਾਂ ਉਸ ਸਮੇਂ ਤੇ ਜਿਹੜੀ ਮੈਨੂੰ ਇਹ ਗੱਲ ਫਿਰ ਕਰਨੀ ਪਈ ਜਿਸ ਤਰ੍ਹਾਂ ਜੁ ਕਹਿ ਰਹੇ ਹਾਂ ਕਿ ਗਲਤ ਡਿਸੀਜਨ ਲਿਆ ਗਿਆ ਜਜ਼ਬਾਤੀ ਹੋ ਕੇ ਗੁੱਸੇ ਹੋ ਕੇ ਜਿਹੜੇ ਡਿਸੀਜਨ ਲਿੱਤਾ ਗਿਆ ਸੀ ਆਮ ਆਦਮੀ ਪਾਰਟੀ ਦਾ ਜਾਂ ਕੋਈ ਪ੍ਰੈਸ਼ਰ ਸੀ ਕਿ ਆਮ ਆਦਮੀ ਪਾਰਟੀ ਦੇ ਵਿੱਚ ਹੀ ਜਾਣਾ ਕਿਉਂਕਿ ਵਿਜੀਲੈਂਸ ਦੇ ਵੀ ਕਈ ਤੁਹਾਡੇ ਦੇ ਪਰਚੇ ਚੱਲ ਰਹੇ ਸੀਗੇ ਉਹਦੇ ਕਰਕੇ ਆਮ ਆਦਮੀ ਪਾਰਟੀ ਜਾਂਦ ਡਿਸੀਜਨ ਲਿਆ ਗਿਆ ਸੀ ਕੋਈ ਕੋਈ ਅਜਿਹੀ ਗੱਲ ਨਹੀਂ ਕੋਈ ਇਹ ਕੋਈ ਪ੍ਰੈਸ਼ਰ ਪ੍ਰੇਸ਼ਰ ਵਾਲੀ ਕੋਈ ਅਜਿਹੀ ਗੱਲ ਨਹੀਂ ਸਿਰਫ ਮੇਰਾ ਜਿਹੜਾ ਮੁੱਖ ਮੰਤਰੀ ਸਾਹਿਬ ਨਾਲ ਪੁਰਾਣਾ ਰਾਬਤਾ ਸੀਗਾ ਸਾਡਾ ਸੋ ਉਹ ਉਹੀ ਕਾਰਨ ਸੀਗਾ ਹੋਰ ਇਹਦੇ ਵਿੱਚ ਕੋਈ ਬਾਲਾ ਵੱਡਾ ਕਾਰਨ ਨਹੀਂ ਤੇ ਦੂਸਰਾ ਕਾਰਨ ਇਹ ਸੀਗਾ ਵੀ ਲੋਕਾਂ ਨੇ ਸਭ ਤੋਂ ਵੱਧ ਮੈਂਡੇਟ ਕਰਕੇ ਉਹਨਾਂ ਨੂੰ ਜਤਾਇਆ ਸੀਗਾ ਉਹੀ ਵੱਡੀ ਪਾਰਟੀ ਸੀਗੀ ਸੋ ਇਹਦੇ ਵਿੱਚ ਪਰ ਜਿਹੜਾ ਮੇਰਾ ਡਿਸੀਜਨ ਸੀਗਾ ਪਰਸਨਲੀ ਜਾਤੀ ਤੌਰ ਤੇ ਮੇਰੇ ਵੱਲੋਂ ਮੈਨੂੰ ਲੱਗਦਾ ਸੀ ਵੀ ਉਹ ਠੀਕ ਨਹੀਂ ਲਿਆ ਗਿਆ ਜਿਸ ਦਿਨ ਮੇਰੀ ਇਮੇਜ ਡੈਂਟ ਹੋਈ ਆ ਪੋਲੀਟੀਕਲ ਬੰਦਾ ਕਰੇ ਤਾਂ ਗੋਲਡ ਜੀ ਬੈਠਦਾ ਨਹੀਂ ਅਗਲੇ ਰਨ ਰਣਨੀਤੀ ਕੀ ਰਹੂਗੀ ਕਿਉਂਕਿ ਹੁਣ ਤੁਸੀਂ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਤੋਂ ਦੂਰ ਹੋਗੇ ਕੀ ਡੀ ਪਾਰਟੀ ਚ ਜਾਣ ਦਾ ਵਿਚਾਰ ਹੈ ਜਾਂ ਕੀ ਅਗਲੀ ਰਣਨੀਤੀ ਕੀ ਹੈ ਹਜੇ ਤਾਂ ਕੁਝ ਨਹੀਂ ਜੀ ਹਜੇ ਤਾਂ ਆਪਦੇ ਟੱਬਰ ਨਾਲ ਬੈਠਾ ਇਹ ਤਾਂ ਕੁਝ ਵੀ ਨਹੀਂ ਅਚਨਚੇਤੀ ਹੋਈ ਹੈ ਇਹ ਸਾਰੀ ਚੀਜ਼ ਹਜੇ ਤਾਂ ਕੋਈ ਇਹਦੇ ਤੇ ਵਿਚਾਰ ਨਹੀਂ ਹੈਗਾ ਜੋ ਜਿਵੇਂ ਵੀ ਸਾਡੀਆਂ ਪੰਚਾਇਤਾਂ ਮੇਰੇ ਭੈਣ ਭਰਾ ਜੋ ਹੁਕਮ ਕਰਨਗੇ ਹੌਲੀ ਹੌਲੀ ਕੋਈ ਕਾਹਲ ਨਹੀਂ ਹੈਗੀ ਆਰਾਮ ਨਾਲ ਇਹਦੇ ਤੇ ਵਿਚਾਰ ਕਰਕੇ ਮੈਂ ਦੇਖੋ ਮਕਸਦ ਕੋਈ ਐ ਨਹੀਂ ਹੁੰਦਾ ਵੀ ਤੁਸੀਂ ਪਾਰਟੀ 'ਚ ਰਹੇਗੇ ਕੋਈ ਕੰਮ ਕਰ ਸਕਦੇ ਹੋ ਇਹ ਤਾਂ ਇੱਕ ਤਰ੍ਹਾਂ ਦੀ ਸੇਵਾ ਜੇ ਤੁਸੀਂ ਵਿਦਆਊਟ ਪਾਰਟੀ ਵੀ ਕਰ ਸਕਦੇ ਹੋ ਮੈਂ ਤਾਂ ਅੱਜ ਵੀ ਉਸੇ ਤਰੀਕੇ ਨਾਲ ਜਿਹੜਾ ਪਿਛਲਾ 6 ਮਹੀਨੇ ਜਿਹੜੇ ਵੀ ਮੇਰੇ ਭੈਣ ਭਰਾਣੇ ਧੂਰੀ ਦੇ ਵਿੱਚ ਵੀ ਆ ਅਸੀਂ ਪੰਚਾਇਤੀ ਚੋਣਾਂ ਪੂਰਾ ਡਟ ਕੇ ਲੜੀਆਂ ਨੇ ਸੋ ਇਹ ਇਹ ਚੀਜ਼ਾਂ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਉਹਦੇ ਨਾਲ ਹੀ ਤੁਸੀਂ ਕੋਈ ਕੰਮ ਕਰ ਸਕਦੇ ਹੋ ਜਿਹਨੇ ਕੰਮ ਕਰਨਾ ਉਹ ਕਿੰਨੀਆਂ ਹੀ ਐਨਜੀਓਜ਼ ਨੇ ਜਿਹੜੀਆਂ ਬਿਨਾ ਕਿਸੇ ਪੋਲੀਟੀਕਲ سپورਟ ਤੋਂ ਕੰਮ ਕਰ ਰਹੀਆਂ ਨੇ ਸੋ ਕਿੰਨੀਆਂ ਇਹੋ ਜਿਹੀਆਂ ਆਰਗੇਨਾਈਜੇਸ਼ਨਸ ਨੇ ਸੋ ਮੈਂ ਵੀ ਉਸੇ ਤਰੀਕੇ ਨਾਲ ਜਿਹ ਕਰ ਕਰ ਇਹ ਕਹਿ ਸਕਦੇ ਆ ਕਿ ਜੇਕਰ ਕੋਈ ਪੋਲੀਟੀਕਲ ਪਾਰਟੀ ਜਨ ਨਹੀਂ ਜਾਂਦੇ ਜਾਂ ਟਿਕਟ ਨਹੀਂ ਮਿਲਦੀ ਤਾਂ ਦਲਬੀਰ ਗੋਲਡੀ ਧੂਰੀ ਤੋਂ ਆਜ਼ਾਦ ਜਿਹੜੀ ਵਿਧਾਨ ਸਭਾ ਚੋਣਾਂ ਉਹ ਲੜ ਸਕਦੇ 2027 27 ਚ ਮੈਂ ਧੂਰੀ ਤੋਂ ਹੀ ਲੜਨਾ ਆਜ਼ਾਦ ਵੀ ਲੜ ਸਕਦੇ ਇਹ ਸਮਾਂ ਦੱਸੂਗਾ ਮੈਂ ਟੂਰ ਲੀਆ ਮੈਂ ਐਵੇਂ ਕੁਝ ਵੀ ਗਲਤ ਕਹਿਦਾ ਉਹਦਾ ਕੋਈ ਫਾਇਦਾ ਨਹੀਂ ਹਾਂ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਤੁਹਾਨੂੰ ਪਹਿਲਾਂ ਥਾਪੜਾ ਦਿੱਤਾ ਗਿਆ ਸੀ ਕਾਂਗਰਸ ਪਾਰਟੀ ਵੱਲੋਂ 2024 ਦੇ ਵਿੱਚ ਲੋਕ ਸਭਾ ਨੂੰ ਲੈ ਕੇ ਉਸੀ ਤਰ੍ਹਾਂ ਹਿਉ ਬਰਨਾਲੇ ਤੋਂ ਬਾਠ ਨੇ ਉਹ ਵੀ ਕਹਿ ਰਹੇ ਨੇ ਕਿ ਮੈਨੂੰ ਪਹਿਲਾਂ ਕਿਹਾ ਗਿਆ ਸੀ ਵੀ ਤੂੰ ਤਿਆਰੀ ਕਰ ਲੈ ਵੀ ਤੈਨੂੰ ਟਿਕਟ ਦਿੱਤੀ ਜਾਊਗੀ ਪਰ ਟਿਕਟ ਕੱਟੀ ਗਈ ਹੈ ਕੀ ਸਮਝਦੇ ਹੋ ਕਿ ਆਮ ਆਦੀ ਪਾਰਟੀ ਦੇ ਵਿੱਚ ਵੀ ਪੱਖਪਾਤ ਹੋ ਰਿਹਾ ਹੁਣ ਹੈ ਆ ਦੇਖੋ ਜਿਹੜਾ ਮੇਰੇ ਨਾਲ ਉਦੋਂ ਸੰਗਰੂਰ ਦੇ ਵਿੱਚ ਹੋਇਆ ਜਿਹੜੀ ਗੱਲ ਤੋਂ ਮੈਂ ਪਾਰਟੀ ਤੋਂ ਨਾਰਾਜ਼ ਸੀਗਾ ਉਹ ਇਹੀ ਸੀਗਾ ਵੀ ਮੈਂ ਇੱਥੇ ਲਗਾਤਾਰ ਮਿਹਨਤ ਕਰ ਰਿਹਾ ਸੀਗਾ ਮੇਰੀ ਗੁੱਸਾ ਇਹੀ ਸੀਗਾ ਮੈਨੂੰ ਪਹਿਲਾਂ ਦੱਸ ਦਿੰਦੇ ਤਾਂ ਤੁਸੀਂ ਉਸ ਤਰੀਕੇ ਨਾਲ ਡੀਲ ਕਰ ਲੈਨੇ ਹੋ ਚੀਜ਼ ਨੂੰ ਤਾਂ ਤੁਸੀਂ ਮੌਕੇ ਤੇ ਸਾਡੇ ਉਮੀਦਵਾਰ ਨੂੰ ਬਾਹਰੋਂ ਲਿਆਂਦਾ ਸੋ ਇਹੀ ਨਾਰਾਜ਼ਗੀ ਜੇ ਇਹੀ ਚੀਜ਼ ਹੁਣ ਸਮਝ ਲਓ ਕੱਲ ਨੂੰ ਬਾਹਰਲਾ ਕੋਈ ਬੰਦਾ ਜਾ ਕੇ ਸੰਗਰੂਰ ਜਾਊਗਾ ਤਾਂ ਸੌਰੀ ਬਰਨਾਲੇ ਜਾਊਗਾ ਤਾਂ ਉਹਨਾਂ ਨੂੰ ਵੀ ਇਹੀ ਚੀਜ਼ ਮਹਿਸੂਸ ਨਹੀਂ ਹੋਣੀ ਸੋ ਉੱਥੇ ਦੋ ਇਹਨਾਂ ਦੇ ਵਿੱਚ ਆਪਸ ਵਿੱਚ ਰਿਫਟ ਆ ਸੋ ਮੈਂ ਤਾਂ ਇਹੀ ਕਹਿਣਾ ਕਿਉਂਕਿ ਮੈਂ ਮੈਂ ਇਹ ਚੀਜ਼ ਹੰਡਾਈ ਆ ਮੈਂ ਇਹ ਚੀਜ਼ ਚੱਲੀ ਆ ਕੋਈ ਵੀ ਪਾਰਟੀ ਦਾ ਕੋਈ ਵੀ ਵਰਕਰ ਹੁੰਦਾ ਚਾਹੇ ਕੋਈ ਵੀ ਪਾਰਟੀ ਆ ਹਰੇਕ ਬੰਦੇ ਬੰਦੇ ਦੀ ਬੜੀ ਮਿਹਨਤ ਹੁੰਦੀ ਆ ਇਕੱਲਾ ਕੋਈ ਪਾਰਟੀ ਖੜੀ ਨਹੀਂ ਕਰ ਸਕਦਾ ਬੰਦਾ ਕੋਈ ਕੁਝ ਮਰਜੀ ਕਹੀ ਜਾਵੇ ਬਹੁਤ ਸਾਰੇ ਬੰਦਿਆਂ ਦੀ ਮਿਹਨਤ ਹੁੰਦੀ ਹੈ ਇਹਦੇ ਮਗਰ ਇੱਕ ਵੀ ਬੰਦਾ ਜਾਨਕਿ ਜਿਵੇਂ ਆਪਣੇ ਸਰੀਰ ਤੋਂ ਕੋਈ ਅੰਗ ਟੁੱਟ ਗਿਆ ਨਾ ਇਸੇ ਤਰੀਕੇ ਜੇ ਕੋਈ ਪਾਰਟੀ ਤੋਂ ਕੋਈ ਬੰਦਾ ਟੁੱਟਦਾ ਤਾਂ ਮੈਨੂੰ ਲੱਗਦਾ ਇੰਨਾ ਨੁਕਸਾਨ ਹੁੰਦਾ ਸੋ ਨਹੀਂ ਜੇ ਕੋਈ ਵੀ ਆਪਸ ਵਿੱਚ ਤੁਹਾਡੇ ਗਿਲੇ ਸ਼ਿਕਵੇ ਨੇ ਉਹਨਾਂ ਨੂੰ ਬੈਠ ਕੇ ਚਾਹੇ ਕੋਈ ਵੀ ਪਾਰਟੀ ਆ ਤਾਂ ਉਹਨੂੰ ਜਿਹੜਾ ਸੁਲਝਾਉਣਾ ਚਾਹੀਦਾ ਤੇ ਆਪਦੇ ਬੰਦਿਆਂ ਨੂੰ ਗੱਲ ਲਾ ਕੇ ਰੱਖਣਾ ਚਾਹੀਦਾ ਨੇੜੇ ਲਾ ਕੇ ਰੱਖਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਕੋਈ ਦੁੱਖ ਤਕਲੀਫ ਨਾ ਆਵੇ ਗੋਲੜੀ ਜੀ ਜਿਸ ਤਰ੍ਹਾਂ ਤੁਸੀਂ ਇਹ ਬਿਆਨ ਦਿੱਤੇ ਨੇ ਕਿ ਮੇਰਾ ਹੁਣ ਆਮ ਆਦਮੀ ਪਾਰਟੀ ਦੇ ਨਾਲ ਕੋਈ ਸਬੰਧ ਨਹੀਂ ਜਾਂ ਕਿਸੇ ਵੀ ਪੋਲੀਟੀਕਲ ਪਾਰਟੀ ਨਾਲ ਕੋਈ ਸਬੰਧ ਨਹੀਂ ਕਿ ਆਮ ਆਦਮੀ ਪਾਰਟੀ ਦੇ ਕਿਸੇ ਉੱਚ ਅਹੁਦੇ ਨਾਲ ਜਿਸ ਤਰ੍ਹਾਂ ਸੀਐਮ ਸਾਹਿਬ ਨਾਲ ਤੁਹਾਡੀ ਨੇੜਤਾ ਹੈ ਜਾਂ ਮੀਥੇਰ ਨਾਲ ਵੀ ਤੁਹਾਡੀ ਨੇੜਤਾ ਰਹੀ ਹੈ ਕਿਸੇ ਨੇ ਤੁਹਾਡੇ ਨਾਲ ਸੰਪਰਕ ਕੀਤਾ ਵੀ ਦਲਬੀਰ ਗੋਲੜੀ ਕੀ ਨਾਰਾਜ਼ਗੀ ਹੋਗੀ ਵੀ ਇਸ ਤਰ੍ਹਾਂ ਦੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਮੇ ਕੋਈ ਆਪਾਂ ਨਾ ਬਾਰ ਬਾਰ ਉਹੀ ਲੰਬੀ ਚੌੜੀ ਮੈਂ ਤੁਹਾਨੂੰ ਬਿਲਕੁਲ ਦੋ ਗੱਲਾਂ ਚ ਹੀ ਸਾਰੀ ਗੱਲ ਖਤਮ ਕਰਤੀ ਆਪਾਂ ਉਹਨੂੰ ਥੋੜੀ ਥੋੜੀ ਨਰਾਜ਼ਗੀ ਪੁੱਛੀ ਉਹਨਾਂ ਨੇ ਮੈਂ ਤਾਂ ਯਾਰ ਮੈਂ ਮੈਂ ਤਾਂ ਕਹੀ ਜਨਾ ਮੇਰੀ ਕੋਈ ਨਰਾਜ਼ਗੀ ਹੈ ਹੀ ਨਹੀਂ ਮੈਂ ਤਾਂ ਜਦੋਂ ਦੀ ਆਪਾਂ ਪ੍ਰੈਸ ਕਾਨਫਰੰਸ ਕਰੀ ਜਾਨੀ ਆ ਕਰ ਰਹੇ ਆ ਮੈਂ ਉਦੋਂ ਦਾ ਤੁਹਾਨੂੰ ਕਹਿ ਰਿਹਾ ਹਾਂ ਵੀ ਮੇਰੀ ਕਿਸੇ ਨਾ ਕੋਈ ਨਰਾਜ਼ਗੀ ਵੀ ਹੈ ਨਹੀਂ ਤੇ ਮੇਰਾ ਕੋਈ ਪਾਰਟੀ ਤੋਂ ਦੂਰ ਜਾਣ ਦਾ ਕਾਰਨ ਤਾਂ ਪੁੱਛ ਆ ਦੇ ਨੇ ਕਿ ਵੀ ਇਹ ਗੱਲ ਕਹੀ ਹੈ ਵੀ ਮੇਰਾ ਕੋਈ ਲਿੰਕ ਨਹੀਂ ਹੈਗਾ ਜਦੋਂ ਉਹ ਕੋਈ ਪੁੱਛੂਗਾ ਕੋਈ ਇਹੀ ਜੀ ਗੱਲ ਹੋਊਗੀ ਕੱਲ ਤਕਰੀਬਨ ਤੁਸੀਂ ਨੇ ਮੈਨੂੰ ਲੰਬਾ ਸਮਾਂ ਕੋ ਫੋਨ ਕਰਿਆ ਮੇਰਾ ਫੋਨ ਸਵਿਚ ਆਫ ਰਹਾ ਪਿਛਲੇ ਸਹੀ ਸਮੇਂ ਤੱਕ ਸੋ ਇਹ ਮੈਨੂੰ ਨਹੀਂ ਲੱਗਦਾ ਕਿ ਕੋਈ ਅਜਿਹੀ ਚੀਜ਼ ਹੋਊਗੀ ਤਾਂ ਬੀ ਉਹਨਾਂ ਨੇ ਮੈਨੂੰ ਕੋਈ ਕਾਲ ਕਰੀ ਜਾ ਇਹ ਚੀਜ਼ ਆਪਾਂ ਮੈਂ ਤਾਂ ਸਿਰਫ ਤੁਹਾਨੂੰ ਦੱਸਿਆ ਵੀ ਪਰसों ਇੱਕ ਪੱਤਰਕਾਰ ਭਾਈ ਨੇ ਇਹ ਗੱਲ કરી ਕੱਲ ਇਹ ਚੀਜ਼ ਦਾ ਰਿਐਕਸ਼ਨ ਆਇਆ ਇਹਨੂੰ ਆਪਾਂ ਹਜੇ ਲੰਬਾ ਚੌੜਾ ਕੋਈ ਵੀ ਆਪਾਂ ਉਧਰ ਨੂੰ ਨਾ ਲੈ ਕੇ ਜਾਈਏ ਇਹ ਤਾਂ ਜਦੋਂ ਕੋਈ ਗੱਲ ਹੋਊਗੀ ਮੀਡੀਆ ਦੇ ਸਾਹਮਣੇ ਸਾਰੀ ਗੱਲ ਹੋਊਗੀ ਆਊਗੀ ਯਾ ਕਾਂਗਰਸ ਵਾਲਿਆਂ ਨੇ ਕੀਤਾ ਵੀ ਸਾਡਾ ਪੁਰਾਣਾ ਸਾਥੀ ਹੈ ਹੁਣ ਨਾਰਾਜ਼ਾ ਸੀ ਆਪਣੇ ਘਰ ਵਾਪਸੀ ਕਰਾ ਲਈ ਉਹਦੀ ਬਾਈ ਜੀ ਇਹ ਮੈਂ ਤੁਹਾਨੂੰ ਪਹਿਲਾਂ ਵੀ ਉਹੀ ਦੱਸ ਕੇ ਆਇਆ ਉਹੀ ਗੱਲਾਂ ਆਪਾਂ ਬਾਰ ਬਾਰ ਕਰੀ ਜਾਂਦੇ ਆ ਬਾਈ ਜੀ ਮੇਰੇ ਸਾਰਿਆਂ ਨਾਲ ਹੀ ਬਹੁਤ ਚੰਗੇ ਸਬੰਧ ਨੇ ਚਾਹੇ ਉਹ ਭਾਜਪਾ ਵਾਲੇ ਨੇ ਚਾਹੇ ਉਹ ਕਾਂਗਰਸ ਵਾਲੇ ਨੇ ਚਾਹੇ ਉਹ ਅਕਾਲੀ ਦਲ ਨੇ ਸਾਰੇ ਮੇਰੇ ਭੈਣ ਭਰਾ ਨੇ ਮੇਰਾ ਉਹਨਾਂ ਨਾਲ ਕੋਈ ਜ਼ਰੂਰੀ ਨਹੀਂ ਵੀ ਹਰੇਕ ਨਾਲ ਰਿਸ਼ਤਾ ਥੋੜਾ ਰਾਜਨੀਤਿਕ ਤੌਰ ਤੇ ਸਾਡੇ ਆਪ ਦੇ ਟੱਬਰ ਵੀ ਨੇ ਯਾਰ ਕੱਲਾ ਮੈਂ ਰਾਜਨੀਤਿਕ ਬੰਦਾ ਨਹੀਂ ਹੈਗਾ ਸੋ ਆਪਾਂ ਕੱਲਾ ਇਹਨੂੰ ਇਸ ਇਸ तरीके ਨਾਲ ਨਾਲ سوچिए ਗੱਲਬਾਤ ਤਾਂ ਸਾਰਿਆਂ ਨਾਲ ਹੀ ਹੁੰਦੀ ਆ ਕੱਲ ਵੀ ਹੋਈ ਆ ਸਮਝ ਲਓ ਸਾਰੇ ਬੰਦਿਆਂ ਨਾਲ ਪਰਸੋਂ ਵੀ ਹੋਈ ਆ ਸੋ ਲੰਬੇ ਸਮੇਂ ਤੋਂ ਕਿਉਂਕਿ ਇਹ ਕਿਹੜਾ ਕੋਈ ਮੇਰਾ ਛੋਟਾ ਸਫਰ ਆ ਯਾਰ ਮੈਂ ਕਿੰਨੀਆਂ ਜਗ੍ਹਾ ਤੇ ਜਾ ਕੇ ਕੰਮ ਕਰਕੇ ਆਇਆ ਹਾਂ ਸੋ ਭੈਣ ਭਰਾ ਬਹੁਤ ਵੱਡੀ ਤਦਾਦ ਚ ਨੇ ਸੋ ਇਹ ਕੋਈ ਉਹ ਨਹੀਂ ਤਾਂ ਸਿਰਫ ਮੈਂ ਆਪਣੀ ਨਿੱਜੀ رائے ਦੱਸੀ ਆ ਯਾਰ ਵੀ ਮੇਰੀ ਕੋਈ ਨਾਰਾਜ਼ਗੀ ਨਹੀਂ ਮੇਰਾ ਕੋਈ ਹੋਣੀ ਮੈਂ ਆਪਦੇ ਡਿਸੀਜਨ ਤੋਂ ਜਿਹੜਾ ਵੀ ਮੈਂ ਉਹ ਮਹਿਸੂਸ ਕਰਿਆ ਵੀ ਉਹ ਠੀਕ ਨਹੀਂ ਸੀ ਲੁਕੋ ਇਹਨਾਂ ਸਾਡੇ ਨਾਲ ਦਲਬੀਰ ਗੋਲਡੀ ਜਿਨ੍ਹਾਂ ਨੇ ਕਿਹਾ ਕਿ ਮੇਰਾ ਕਿਸੇ ਪਾਰਟੀ ਨਾਲ ਕੋਈ ਨਿਰਾਜਗੀ ਨਹੀਂ ਹੈ ਨਾ ਹੀ ਉਹਨਾਂ ਨੇ ਕਿਹਾ ਕਿ ਮੇਰਾ ਕਿਸੇ ਪਾਰਟੀ ਨਾਲ ਕੋਈ ਸਬੰਧ ਹੈ ਉਹਨਾਂ ਸਿੱਧੇ ਤੌਰ ਤੇ ਕਿਹਾ ਕਿ 2027 ਦੇ ਜੋ ਵਿਧਾਨ ਸਭਾ ਚੋਣਾਂ ਹੋਣਗੀਆਂ ਉਹ ਦਲਬੀਰ ਗੋਲਡੀ ਧੂਰੀ ਤੋਂ ਹੀ ਲੜੇਗਾ ਬੇਸ਼ੱਕ ਜੇਕਰ ਕਿਸੇ ਪਾਰਟੀ ਤੋਂ ਨਹੀਂ ਤਾਂ ਆਜ਼ਾਦ ਵੀ ਦਲਬੀਰ ਗੋਲਡੀ ਨੇ ਜੋ ਚੋਣ ਲੜ ਸਕਦੇ ਨੇ ਡੇਲੀ ਪੋਸਟ ਲਈ ਸੰਗਰੂਰ ਤੋਂ ਰਜੇਸ਼ ਕੁੰਲੀ